ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ। ਕੈਨੇਡਾ ਦੀ ਸੰਸਦ 'ਚ ਭਿੜੇ ਜਗਮੀਤ ਸਿੰਘ ਅਤੇ ਪੀਰੇ ਪੋਲੀਏਵਰੇ, ਸਪੀਕਰ ਨੂੰ ਦੇਣਾ ਪਿਆ ਦਖਲ, ਕਿਹਾ ਮੁਲਕ ਦੇ ਲੋਕ ਸਾਨੂੰ ਦੇਖ ਰਹੇ। ਓਨਟਾਰੀਓ ਵਿਧਾਨ ਸਭਾ ਦੀ ਜ਼ਿਮਨੀ ਚੋਣ 'ਚ ਪੀ ਸੀ ਪਾਰਟੀ ਜੇਤੂ, ਆਲਸੋਪ ਨੇ ਕੈਲੀ ਨੂੰ 2000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਅਨੀਤਾ ਆਨੰਦ ਨੂੰ ਮਿਲੀ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਦੀ ਜ਼ਿੰਮੇਵਾਰੀ। ਪਾਬਲੋ ਰੋਡਰੀਗੇਜ਼ ਦੇ ਅਸਤੀਫੇ ਨਾਲ ਟਰੂਡੋ ਨੂੰ ਇੱਕ ਹੋਰ ਵੱਡਾ ਝਟਕਾ। ਜਸਟਿਨ ਟਰੂਡੋ ਦੇ ਫੈਸਲੇ ਦਾ ਲੱਖਾਂ ਵਿਦਿਆਰਥੀਆਂ 'ਤੇ ਹੋਵੇਗਾ ਅਸਰ। ਫੈਡਰਲ ਸਰਕਾਰ ਲਗਾਤਾਰ ਕਰ ਰਹੀ ਹੈ ਇਮੀਗ੍ਰੇਸ਼ਨ ਨਿਯਮਾਂ 'ਚ ਸਖ਼ਤੀ। ਕੈਨੇਡੀਅਨ ਸੰਸਦ 'ਚ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਵਿਰੋਧੀ ਧਿਰ ਦੇ ਆਗੂ ਪੀਰੇ ਪੋਲੀਏਵਰੇ ਨੇ ਪ੍ਰਸ਼ਨ ਕਾਲ ਦੌਰਾਨ NDP ਆਗੂ ਜਗਮੀਤ ਸਿੰਘ ਨੂੰ ਧੋਖੇਬਾਜ਼ 'ਤੇ ਵਿਕਿਆ ਹੋਇਆ ਆਗੂ ਕਹਿਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਜਗਮੀਤ ਸਿੰਘ ਆਪਣੀ ਸੀਟ ਛੱਡ ਕੇ ਅੱਗੇ ਆ ਗਿਆ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ 'ਤੇ ਚੀਕਣ ਲੱਗੇ। ਸਿਰਫ ਇੱਥੇ ਹੀ ਬਸ ਨਹੀਂ, ਕੰਜ਼ਰਵੇਟਿਵ ਅਤੇ NDP ਦੇ ਬਾਕੀ MPs ਵੀ ਇਸ ਤਲਖ ਕਲਾਮੀ 'ਚ ਸ਼ਾਮਲ ਹੋ ਗਏ, ਜਿਸ ਮਗਰੋਂ ਹਾਲਾਤ ਵਿਗੜਦੇ ਦੇਖ ਹਾਊਸ ਆਫ ਕਾਮਨਸ ਦੇ ਸਪੀਕਰ ਨੂੰ ਉੱਠਣਾ ਪਿਆ ਅਤੇ MPs ਨੂੰ ਚੇਤੇ ਕਰਵਾਇਆ ਗਿਆ ਕਿ ਕੈਨੇਡਾ ਦੇ ਲੋਕ ਸਾਨੂੰ ਦੇਖ ਰਹੇ ਨੇ। ਪੋਲੀਏਵਰੇ ਵੱਲੋਂ ਪਹਿਲੇ ਗੇੜ ਦੇ ਸਵਾਲਾਂ ਦੌਰਾਨ ਬਲੌਕ ਕਿਊਬਿਕ ਅਤੇ NDP ਦੋਹਾਂ ਨੂੰ ਨਿਸ਼ਾਨਾ ਬਣਾਇਆ ਗਿਆ, ਕਿਉਂਕਿ ਦੋਵੇਂ ਪਾਰਟੀਆਂ ਬੇਵਸਾਹੀ ਮਤੇ ਦੀ ਹਮਾਇਤ ਕਰਨ ਤੋਂ ਸਾਫ਼ ਨਾ ਕਰ ਚੁੱਕੀਆਂ ਨੇ। ਇਸ ਮਗਰੋਂ ਪੰਜਵੇਂ ਸਵਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਜਗਮੀਤ ਸਿੰਘ ਨੇ ਵਿਨੀਪੈਗ ਦੀ ਜ਼ਿਮਨੀ ਚੋਣ ਜਿੱਤਣ ਲਈ ਘੱਟ ਗਿਣਤੀ ਲਿਬਰਲ ਸਰਕਾਰ ਨਾਲੋਂ ਤੋੜ ਵਿਛੋੜੇ ਦਾ ਡਰਾਮਾ ਕੀਤਾ। ਜਿਉਂ ਹੀ ਵੋਟਾਂ ਦੀ ਗਿਣਤੀ ਹੋਈ ਤਾਂ ਜਗਮੀਤ ਸਿੰਘ ਨੇ ਵਿਨੀਪੈਗ ਵਾਲਿਆਂ ਨਾਲ ਦਗਾ ਕਰ ਦਿੱਤਾ। ਅਜਿਹੇ 'ਚ NDP ਆਗੂ 'ਤੇ ਕੌਣ ਭਰੋਸਾ ਕਰੇਗਾ? ਪੋਲੀਏਵਰੇ ਦੇ ਬੈਠਣ ਮਗਰੋਂ ਹਾਊਸ ਆਫ ਕਾਮਨਸ 'ਚ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ ਅਤੇ ਕੰਜ਼ਰਵੇਟਿਵ ਪਾਰਟੀ ਅਤੇ NDP ਦੇ MPs ਇੱਕ ਦੂਜੇ ਨੂੰ ਮਿਹਣੇ ਦੇਣ ਲੱਗੇ। ਜਗਮੀਤ ਸਿੰਘ ਵੀ ਆਪਣੀ ਸੀਟ ਛੱਡ ਕੇ ਆਏ ਅਤੇ ਕੁਝ ਸ਼ਬਦਾਂ ਦੀ ਵਰਤੋਂ ਕੀਤੀ, ਪਰ ਇਸ ਦੌਰਾਨ ਸਪੀਕਰ ਨੇ ਆਵਾਜ਼ ਬੰਦ ਕਰਵਾ ਦਿੱਤੀ। ਲਿਬਰਲ MP ਕੇਵਿਨ ਲੈਮੋਯੂਕਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਜਗਮੀਤ ਸਿੰਘ ਵੱਲੋਂ ਵਰਤੇ ਸ਼ਬਦਾਂ ਬਾਰੇ ਸਪਸ਼ਟ ਤੌਰ 'ਤੇ ਨਹੀਂ ਦੱਸ ਸਕਦੇ, ਪਰ NDP ਆਗੂ ਗੁੱਸੇ 'ਚ ਨਜ਼ਰ ਆ ਰਹੇ ਸਨ ਅਤੇ ਇਹ ਗੁੱਸਾ ਟੋਰੀ ਆਗੂ ਕਰਕੇ ਸੀ। ਜੋ ਹੀ ਸਪੀਕਰ ਗ੍ਰੈਗ ਫਰਗਸ ਨੇ ਆਵਾਜ਼ ਬਹਾਲ ਕੀਤੀ ਤਾਂ ਪੋਲੀਏਵਰੇ ਨੂੰ ਜਗਮੀਤ ਸਿੰਘ ਵੱਲ ਹੱਥ ਕਰਕੇ ਇਹ ਕਹਿੰਦਿਆਂ ਸੁਣਿਆ ਗਿਆ ਕਿ ਕਰਕੇ ਦਿਖਾਓ। ਸਪੀਕਰ ਨੂੰ ਹਾਲਾਤ ਕੰਟਰੋਲ ਕਰਨ 'ਚ ਕਾਫ਼ੀ ਸਮਾਂ ਲੱਗਾ ਅਤੇ MPs ਨੂੰ ਜ਼ਾਬਤੇ 'ਚ ਰਹਿਣ ਦਾ ਸੱਦਾ ਦਿੱਤਾ ਗਿਆ। ਸਪੀਕਰ ਨੇ ਕੰਜ਼ਰਵੇਟਿਵ ਆਗੂ ਨੂੰ ਚੇਤੇ ਕਰਵਾਇਆ ਕਿ ਪ੍ਰਸ਼ਨ ਕਾਲ ਦਾ ਮਕਸਦ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਵਾਸਤੇ ਹੁੰਦਾ ਹੈ ਅਤੇ ਤੁਹਾਡੇ ਜ਼ਿਆਦਾਤਰ ਸਵਾਲ ਬਲੌਕ ਕਿਊਬਿਕ ਅਤੇ NDP ਦੁਆਲੇ ਕੇਂਦਰਿਤ ਨੇ। ਓਨਟਾਰੀਓ ਦੀ ਬੇ ਆਫ ਕੁਆਇੰਟੇ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 'ਚ ਸੱਤਾਧਾਰੀ PC ਪਾਰਟੀ ਜੇਤੂ ਰਹੀ, ਪਰ ਲਿਬਰਲ ਪਾਰਟੀ ਦੀਆਂ ਵੋਟਾਂ 'ਚ ਵੀ ਚੋਖਾ ਵਾਧਾ ਹੋਇਆ। ਪੂਰਵੀ ਓਨਟਾਰੀਓ ਦੀ ਵਿਧਾਨ ਸਭਾ ਸੀਟ 'ਤੇ 7 ਉਮੀਦਵਾਰ ਮੈਦਾਨ 'ਚ ਸਨ ਅਤੇ ਬੈਲਵਿਲ ਸ਼ਹਿਰ ਦੇ ਕੌਂਸਲਰ ਟਾਇਲਰ ਆਲਸੋਪ 14,000 ਤੋਂ ਵੱਧ ਵੋਟਾਂ ਲੈ ਕੇ ਜੇਤੂ ਰਹੇ। ਲਿਬਰਲ ਪਾਰਟੀ 12,000 ਤੋਂ ਵੱਧ ਵੋਟਾਂ ਨਾਲ ਦੂਜੇ ਸਥਾਨ 'ਤੇ ਰਹੀ, ਜਦਕਿ NDP ਨੂੰ 9,000 ਦੇ ਕਰੀਬ ਵੋਟਾਂ ਮਿਲੀਆਂ। ਇਹ ਸੀਟਾਂ ਸਾਬਕਾ ਸਿੱਖਿਆ ਮੰਤਰੀ ਟੌਡ ਸਮਿਥ ਦੇ ਅਸਤੀਫੇ ਮਗਰੋਂ ਖਾਲੀਆਂ ਹੋਈਆਂ ਸਨ, ਜਿਨ੍ਹਾਂ ਤੋਂ ਊਰਜਾ ਮੰਤਰੀ ਦਾ ਅਹੁਦਾ ਲੈ ਕੇ ਸਟੀਫਨ ਲੈਚੇ ਨੂੰ ਦਿੱਤਾ ਗਿਆ ਸੀ ਅਤੇ ਸਟੀਫਨ ਲੈਚੇ ਦਾ ਸਿੱਖਿਆ ਮੰਤਰਾਲਾ ਉਹਨਾਂ ਨੂੰ ਸੌਂਪ ਦਿੱਤਾ ਗਿਆ ਸੀ। ਟਾਇਲਰ ਆਲਸੋਪ ਵੱਲੋਂ ਹਾਈਵੇ 401 ਨੂੰ ਚੌੜਾ ਕਰਨ ਅਤੇ ਕਾਰਬਨ ਟੈਕਸ ਵਿਰੁੱਧ ਆਵਾਜ਼ ਉਠਾਉਣ ਸਣੇ ਵੱਧ ਤੋਂ ਵੱਧ ਘਰਾਂ ਦੀ ਉਸਾਰੀ ਦਾ ਵੀ ਦਾਅਵਾ ਕੀਤਾ ਜਾ ਚੁੱਕਾ ਹੈ। ਟਾਇਲਰ ਨੂੰ 38.69% ਵੋਟ ਮਿਲੇ ਅਤੇ ਲਿਬਰਲ ਪਾਰਟੀ ਦੇ ਸ਼ੌਨ ਕੈਲੀ ਨੂੰ 2,000 ਵੋਟਾਂ ਦੇ ਫਰਕ ਨਾਲ ਹਰਾਇਆ। ਲਿਬਰਲ ਪਾਰਟੀ ਦੇ ਸ਼ੌਨ ਕੈਲੇ ਵੀ ਬੈਲਵਿਲ ਸ਼ਹਿਰ ਦੇ ਕੌਂਸਲਰ ਨੇ ਅਤੇ ਉਹਨਾਂ ਵੱਲੋਂ ਓਪੀਓਇਡ ਸੰਕਟ ਦਾ ਟਾਕਰਾ ਕਰਨ ਸਣੇ ਕਿਫਾਇਤੀ ਘਰਾਂ ਦੀ ਉਸਾਰੀ ਕਰਨ ਦੇ ਵਾਅਦੇ ਕੀਤੇ ਗਏ ਸਨ। ਨਿਊ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਅਮਾਂਡਾ ਰੌਬਰਟਸਨ ਸਥਾਨਕ ਸਕੂਲ ਦੀ ਵਾਈਸ ਚੇਅਰ ਹੈ। ਬੇ ਆਫ ਕੁਆਇੰਟੇ ਰਾਈਡਿੰਗ 'ਚ ਬੈਲਵਿਲ ਸਾਊਥ ਦਾ ਹਾਈਵੇ 401 ਵਾਲਾ ਹਿੱਸਾ
ਸਾਰਾ ਕੁਇੰਟੇ ਵੈਸਟ ਇਲਾਕਾ ਅਤੇ ਪ੍ਰਿੰਸ ਐਡਵਰਡ ਕਾਉਂਟੀ ਆਉਂਦੇ ਨੇ। 2021 ਦੀ ਮਰਦਮਸ਼ੁਮਾਰੀ ਮੁਤਾਬਕ ਰਾਈਡਿੰਗ ਦੀ ਆਬਾਦੀ 1,16,000 ਹੈ। ਪਾਬਲੋ ਰੋਡਰੀਗੇਜ਼ ਦੇ ਅਸਤੀਫੇ ਮਗਰੋਂ ਅਨੀਤਾ ਆਨੰਦ ਨੂੰ ਕੈਨੇਡਾ ਦੀ ਟਰਾਂਸਪੋਰਟ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ। ਕਿਊਬਿਕ 'ਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ 'ਚ ਸ਼ਾਮਲ ਹੋਣ ਲਈ ਪਾਬਲੋ ਰੋਡਰੀਗਜ਼ ਨੇ ਅਸਤੀਫਾ ਦਿੱਤਾ ਅਤੇ ਜਨਵਰੀ 'ਚ ਲੀਡਰਸ਼ਿਪ ਮੁਹਿੰਮ ਸ਼ੁਰੂ ਹੋਣ ਤੱਕ ਆਜ਼ਾਦ MP ਵਜੋਂ ਸੰਸਦ 'ਚ ਬੈਠਣਗੇ। ਇਹ ਸਾਰਾ ਘਟਨਾਕ੍ਰਮ ਮੌਂਟਰੀਅਲ ਸੀਟ 'ਤੇ ਲਿਬਰਲ ਪਾਰਟੀ ਦੀ ਹਾਰ ਮਗਰੋਂ ਵਾਪਰਿਆ ਹੈ। ਪਾਬਲੋ ਰੋਡਰੀਗੇਜ਼ ਦੇ ਅਸਤੀਫੇ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਸਤੇ ਇੱਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ। ਪੱਤਰਕਾਰਾਂ ਵੱਲੋਂ ਜਦੋਂ ਇਸ ਮੁੱਦੇ 'ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪਾਬਲੇ ਦੇ ਅਸਤੀਫੇ ਦਾ ਲਾਸਾਲ ਇਮਾਡ ਵਰਡਨ ਸੀਟ ਦੇ ਨਤੀਜੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਰੋਡਰੀਗੇਜ਼ ਦੀ ਵਿਦਾਇਗੀ ਦੇ ਮੱਦੇਨਜ਼ਰ ਜਨਤਕ ਸੇਵਾਵਾਂ ਬਾਰੇ ਮੰਤਰੀ ਜੀਨ ਈਵ ਡਕਲੌਸ ਨੂੰ ਕਿਊਬਿਕ ਮਾਮਲਿਆਂ ਦੇ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਹੁੰਦਾ ਪਰ ਪ੍ਰਧਾਨ ਮੰਤਰੀ ਦਫ਼ਤਰ 'ਚ ਇਸ ਦੀ ਵੀ ਵੱਡੀ ਅਹਿਮੀਅਤ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕਿਸੇ ਨਵੇਂ MP ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਨ ਦੀ ਬਜਾਏ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰਾਲਾ ਸੌਂਪਿਆ ਗਿਆ ਅਤੇ ਕੰਜ਼ਰਵੇਟਿਵ ਪਾਰਟੀ ਟਰੂਡੋ ਸਰਕਾਰ ਦੀ ਨੁਕਤਾਚੀਨੀ ਕਰ ਰਹੀ ਹੈ। ਟੋਰੀ MP ਫਿਲਿਪ ਲਾਰੈਂਸ ਨੇ ਕਿਹਾ ਹੈ ਕਿ ਲਿਬਰਲ ਸਰਕਾਰ ਪਾਰਟ ਟਾਈਮ ਟਰਾਂਸਪੋਰਟ ਮੰਤਰੀ ਲੱਭ ਲਿਆਈ ਹੈ। ਸਾਡਾ ਸਵਾਲ ਇਹ ਹੈ ਕਿ ਲਿਬਰਲ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਗੰਭੀਰਤਾ ਨਾਲ ਲੈਣਾ ਕਦੋਂ ਸ਼ੁਰੂ ਕਰੇਗੀ। ਦੂਜੇ ਪਾਸੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਵਜੋਂ ਸਹੁੰ ਚੁਕਾਈ, ਜਿਨ੍ਹਾਂ ਕੋਲ ਖਜ਼ਾਨਾ ਬੋਰਡ ਦੀ ਜ਼ਿੰਮੇਵਾਰੀ ਵੀ ਹੈ। ਕੈਨੇਡਾ 'ਚ ਆਮ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਵਾਰ ਫਿਰ ਵਿਦੇਸ਼ੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਸ ਦੀ ਗਿਣਤੀ ਘਟਾ ਦਿੱਤੀ ਹੈ। ਇਸ ਤੋਂ ਇਲਾਵਾ ਵਿਦੇਸ਼ੀਆਂ ਲਈ ਵਰਕ ਪਰਮਿਟ ਘਟਾਉਣ ਅਤੇ ਇਸ ਲਈ ਯੋਗਤਾ ਨੂੰ ਹੋਰ ਸਖ਼ਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਟਰੂਡੋ ਦਾ ਇਹ ਐਲਾਨ ਅਜਿਹੇ ਸਮੇਂ 'ਚ ਆਇਆ ਜਦੋਂ ਉਹਨਾਂ ਦੀ ਸਰਕਾਰ ਦੇਸ਼ 'ਚੋਂ ਵਿਦੇਸ਼ੀਆਂ ਦੀ ਗਿਣਤੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਸਟਿਨ ਟਰੂਡੋ ਨੂੰ ਉਮੀਦ ਹੈ ਕਿ ਉਹਨਾਂ ਦੇ ਇਸ ਕਦਮ ਨਾਲ ਦੇਸ਼ 'ਚ ਰਹਿਸ਼ੀ ਸੰਕਟ ਘੱਟ ਹੋਵੇਗਾ ਅਤੇ ਇਸ ਦਾ ਉਹਨਾਂ ਨੂੰ ਚੋਣਾਂ 'ਚ ਫਾਇਦਾ ਹੋਵੇਗਾ। ਇਸ ਵਾਰ ਜਸਟਿਨ ਟਰੂਡੋ ਨੂੰ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਦਾ ਵੀ ਸਮਰਥਨ ਨਹੀਂ ਮਿਲ ਰਿਹਾ। ਕੈਨੇਡੀਅਨ ਸਰਕਾਰ ਦੇ ਇਸ ਕਦਮ ਦਾ ਸਿੱਧੇ ਤੌਰ 'ਤੇ ਵੱਡੀ ਗਿਣਤੀ ਭਾਰਤੀਆਂ 'ਤੇ ਅਸਰ ਪਵੇਗਾ ਜੋ ਉੱਥੇ ਪੜ੍ਹਾਈ ਅਤੇ ਕੰਮ ਕਰਨ ਦਾ ਇਰਾਦਾ ਰੱਖਦੇ ਨੇ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ 'ਤੇ ਇੱਕ ਪੋਸਟ 'ਚ ਲਿਖਿਆ ਸੀ, ਅਸੀਂ ਇਸ ਸਾਲ 35% ਘੱਟ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੇ ਰਹੇ ਹਾਂ, ਅਗਲੇ ਸਾਲ ਇਹ ਗਿਣਤੀ 10% ਹੋਰ ਘੱਟ ਜਾਵੇਗੀ। ਬੁੱਧਵਾਰ ਨੂੰ ਐਲਾਨੀਆਂ ਗਈਆਂ ਤਬਦੀਲੀਆਂ 2025 'ਚ ਜਾਰੀ ਕੀਤੇ ਗਏ ਅੰਤਰਰਾਸ਼ਟਰੀ ਅਧਿਐਨ ਪਰਮਿਟਸ ਦੀ ਗਿਣਤੀ ਨੂੰ ਘਟਾ ਕੇ 4,37,000 ਕਰ ਦੇਵੇਗੀ, ਜਦੋਂ ਕਿ ਇੱਕ ਸਾਲ ਪਹਿਲਾਂ 2013 'ਚ 5,09,390 ਪਰਮਿਟ ਮਨਜ਼ੂਰ ਹੋਏ ਸਨ। ਇਸ ਸਾਲ ਦੀ ਗੱਲ ਕਰੀਏ ਤਾਂ 2024 ਦੇ ਪਹਿਲੇ 7 ਮਹੀਨਿਆਂ 'ਚ 1,75,920 ਸਟੱਡੀ ਪਰਮਿਟ ਮਨਜ਼ੂਰ ਕੀਤੇ ਗਏ ਸਨ। ਨਿਯਮਾਂ 'ਚ ਬਦਲਾਅ ਵਿਦਿਆਰਥੀਆਂ ਦੇ ਭਾਈਵਾਲਾਂ ਅਤੇ ਅਸਥਾਈ ਵਿਦੇਸ਼ੀ ਕਰਮਚਾਰੀਆਂ ਲਈ ਵਰਕ ਪਰਮਿਟ ਦੀ ਯੋਗਤਾ ਨੂੰ ਵੀ ਸੀਮਤ ਕਰ ਦੇਵੇਗਾ। ਪਿਛਲੇ ਮਹੀਨੇ ਜਾਰੀ ਕੀਤੇ ਗਏ ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਕੁੱਲ 13,35,878 ਭਾਰਤੀ ਵਿਦਿਆਰਥੀ ਵਿਦੇਸ਼ 'ਚ ਪੜ੍ਹ ਰਹੇ ਨੇ। ਇਹਨਾਂ ਵਿੱਚ ਕਰੀਬ 4,27,000 ਵਿਦਿਆਰਥੀ ਕੈਨੇਡਾ 'ਚ ਪੜ੍ਹ ਰਹੇ ਨੇ। ਬੀਤੇ ਕੁਝ ਸਾਲਾਂ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 260% ਦਾ ਵਾਧਾ ਹੋਇਆ ਹੈ। 2023 'ਚ ਕੈਨੇਡਾ ਦੀ ਅੰਤਰਰਾਸ਼ਟਰੀ ਪੋਸਟ ਸੈਕੰਡਰੀ ਵਿਦਿਆਰਥੀ ਸੰਸਥਾ 'ਚ ਭਾਰਤੀ ਵਿਦਿਆਰਥੀਆਂ ਦੇ 50% ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਹਾਲ ਹੀ ਦੇ ਸਾਲਾਂ 'ਚ ਕੈਨੇਡਾ 'ਚ ਭਾਰਤੀ ਭਾਈਚਾਰੇ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਇਆ ਹੈ। ਕੈਨੇਡਾ 'ਚ ਅਧਿਕਾਰਤ ਤੌਰ 'ਤੇ ਰਜਿਸਟਰਡ ਭਾਰਤੀਆਂ ਦੀ ਗਿਣਤੀ 2007 ਦੇ ਵਿੱਚ 6,70,000 ਤੋਂ ਵੱਧ ਕੇ 2020 'ਚ 10,00,000 ਤੋਂ ਵੱਧ ਹੋ ਗਈ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ ਸਰਕਾਰ 'ਚ ਔਰਤਾਂ ਦੀ ਹਿੱਸੇਦਾਰੀ ਅਤੇ ਆਨਲਾਈਨ ਉਤਪੀੜਨ ਵਰਗੇ ਮੁੱਦਿਆਂ ਬਾਰੇ ਗੱਲ ਕਰਨ ਲਈ ਕਈ ਦੇਸ਼ਾਂ ਦੀਆਂ ਔਰਤਾਂ ਵਿਦੇਸ਼ ਮੰਤਰੀਆਂ ਨਾਲ
ਬੈਠਕ ਕਰ ਰਹੇ ਨੇ। ਟੋਰਾਂਟੋ 'ਚ ਆਯੋਜਿਤ ਇਸ ਦੋ ਰੋਜ਼ਾ ਬੈਠਕ 'ਚ ਜਮੈਕਾ, ਘਾਨਾ, ਇੰਡੋਨੇਸ਼ੀਆ, ਨੇਪਾਲ ਅਤੇ ਰੋਮਾਨੀਆ ਸਣੇ ਕਈ ਮੁਲਕਾਂ ਦੀਆਂ ਵਿਦੇਸ਼ ਮੰਤਰੀਆਂ ਨੇ ਸ਼ਮੂਲੀਅਤ ਕੀਤੀ ਹੈ। ਇਹ ਬੈਠਕ ਮੌਂਟਰੀਅਲ 'ਚ 2018 ਦੀ ਮੀਟਿੰਗ ਅਤੇ ਵੱਖ-ਵੱਖ ਗਲੋਬਲ ਸਿਖਰ ਸੰਮੇਲਨਾਂ ਦੌਰਾਨ ਇਸ ਬਾਰੇ ਗੈਰ ਰਸਮੀ ਵਿਚਾਰ ਵਟਾਂਦਰੇ ਤੋਂ ਬਾਅਦ ਹੋ ਰਹੀ ਹੈ। ਜੋਲੀ ਦੇ ਦਫ਼ਤਰ ਦਾ ਕਹਿਣਾ ਹੈ ਕਿ ਇਹਨਾਂ ਬੈਠਕਾਂ ਦਾ ਉਦੇਸ਼ ਇਸ ਬਾਰੇ ਵਿਚਾਰ ਸਾਂਝੇ ਕਰਨਾ ਹੈ ਕਿ ਕਿਵੇਂ ਦੇਸ਼ ਜਨਤਕ ਜੀਵਨ 'ਚ ਵਧੇਰੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰ ਸਕਦੇ ਨੇ ਅਤੇ ਉਹਨਾਂ ਮੁੱਦਿਆਂ ਨਾਲ ਕਿਵੇਂ ਨਜਿੱਠਣਾ ਹੈ ਜੋ ਔਰਤਾਂ ਨੂੰ ਅਜਿਹੇ ਅਹੁਦਿਆਂ ਤੱਕ ਪਹੁੰਚਣ ਤੋਂ ਰੋਕਦੇ ਨੇ। ਇਹਨਾਂ ਮੁੱਦਿਆਂ 'ਚ ਗਲਤ ਜਾਣਕਾਰੀ ਦੇ ਨਾਲ ਨਾਲ ਔਨਲਾਈਨ ਹਿੰਸਾ ਜਿਵੇਂ ਕਿ ਰਾਜਨੀਤੀ 'ਚ ਔਰਤਾਂ ਦਾ ਉਤਪੀੜਨ ਵੀ ਸ਼ਾਮਲ ਹੈ। ਕੈਨੇਡਾ ਦੇ ਇੱਕ ਹੋਟਲ ਤੋਂ ਚੋਰੀ ਹੋਈ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਪੇਂਟਿੰਗ ਦ ਰੋਰਿੰਗ ਲਾਇਨ 2 ਸਾਲ ਦੀ ਤਲਾਸ਼ ਤੋਂ ਬਾਅਦ ਇਟਲੀ 'ਚੋਂ ਮਿਲੀ ਅਤੇ ਇਸ ਪੇਂਟਿੰਗ ਨੂੰ ਹੁਣ ਕੈਨੇਡੀਅਨ ਰਾਜਦੂਤ ਨੂੰ ਸੌਂਪ ਦਿੱਤਾ ਗਿਆ ਹੈ। ਕੈਨੇਡਾ ਅਤੇ ਇਟਲੀ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਰੋਮ 'ਚ ਕੈਨੇਡੀਅਨ ਦੂਤ ਘਰ 'ਚ ਆਯੋਜਿਤ ਇੱਕ ਸਮਾਰੋਹ 'ਚ ਇਟਲੀ ਦੀ ਅਰਧ ਸੈਨਿਕ ਪੁਲਿਸ ਨੇ ਚਰਚਿਲ ਦੀ ਤਸਵੀਰ ਕੈਨੇਡੀਅਨ ਰਾਜਦੂਤ ਐਲੀਜ਼ਾ ਗੋਲਡਬਰਗ ਨੂੰ ਸੌਂਪੀ। ਐਲੀਜ਼ਾ ਨੇ ਤਸਵੀਰ ਲੱਭਣ 'ਚ ਇਟਲੀ ਅਤੇ ਕੈਨੇਡਾ ਦੇ ਜਾਂਚਕਰਤਾਵਾਂ ਦੁਆਰਾ ਕੀਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ। ਓਟਵਾ ਦੇ ਫੋਟੋਗ੍ਰਾਫਰ ਜੋਸੈਫ ਕਾਰਸ ਨੇ ਚਰਚਿਲ ਦੀ ਇਹ ਫੋਟੋ 1941 'ਚ ਲਈ ਸੀ, ਪਰ ਇਹ ਓਟਵਾ ਦੇ ਫੇਅਰਮੌਂਟ ਚੈਟੋ ਲੋਰੀਅਰ ਹੋਟਲ ਤੋਂ ਚੋਰੀ ਹੋ ਗਈ ਸੀ। ਕੈਨੇਡੀਅਨ ਪੁਲਿਸ ਨੇ ਦੱਸਿਆ ਕਿ 2021 'ਚ ਕ੍ਰਿਸਮਿਸ ਅਤੇ 6 ਜਨਵਰੀ 2022 ਵਿਚਕਾਰ ਕਿਸੇ ਸਮੇਂ ਹੋਟਲ ਤੋਂ ਫੋਟੋ ਚੋਰੀ ਕੀਤੀ ਗਈ ਸੀ ਅਤੇ ਇੱਕ ਜਾਲੀ ਫੋਟੋ ਨਾਲ ਬਦਲ ਦਿੱਤਾ ਗਿਆ ਸੀ। ਪੁਲਿਸ ਨੇ ਓਨਟਾਰੀਓ ਦੇ ਪੋਵਾਸਨ ਤੋਂ ਇੱਕ 43 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ 'ਤੇ ਪੇਂਟਿੰਗ ਚੋਰੀ ਕਰਨ ਅਤੇ ਤਸਕਰੀ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਵੱਲੋਂ ਆਰੋਪੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਦਾ ਕਹਿਣਾ ਹੈ ਕਿ ਇਸ ਸਾਲ ਲੇਬਰ ਡੇ ਲੌਂਗ ਵੀਕਐਂਡ ਨੇ ਸੈਲਾਨੀਆਂ ਦੀ ਗਿਣਤੀ ਨੂੰ ਹੋਰ ਹੁਲਾਰਾ ਦਿੱਤਾ ਅਤੇ ਐਤਕੀ 1.49 ਮਿਲੀਅਨ ਸੈਲਾਨੀਆਂ ਨੇ ਇਸ ਪ੍ਰਦਰਸ਼ਨੀ 'ਚ ਹਾਜ਼ਰੀ ਭਰੀ। CNE ਦਾ ਕਹਿਣਾ ਹੈ ਕਿ ਇਸ ਸਾਲ ਦੀ ਗਿਣਤੀ 2019 ਦੀ ਗਿਣਤੀ ਨੂੰ ਵੀ ਪਾਰ ਕਰ ਗਈ ਹੈ। ਇਸ ਵਿੱਚ 1.46 ਮਿਲੀਅਨ ਵਿਜ਼ਟਰ ਆਏ ਸਨ। 16 ਅਗਸਤ ਨੂੰ ਸ਼ੁਰੂ ਹੋਈ ਇਹ ਪ੍ਰਦਰਸ਼ਨੀ 2 ਸਤੰਬਰ ਤੱਕ ਜਾਰੀ ਰਹੀ ਸੀ, ਪਰ ਸ਼ੁਰੂਆਤ ਵੇਲੇ ਟੋਰਾਂਟੋ 'ਚ ਹੋਈਆਂ ਤੂਫਾਨੀ ਬਾਰਿਸ਼ਾਂ ਨੇ ਪ੍ਰਦਰਸ਼ਨੀ ਦੀ ਰੌਣਕ ਫਿੱਕੀ ਕਰ ਦਿੱਤੀ ਸੀ। ਪਰ CNE ਨੇ ਕਿਹਾ ਕਿ ਲੌਂਗ ਵੀਕਐਂਡ ਦੌਰਾਨ 4,50,000 ਸੈਲਾਨੀ ਆਏ, ਜੋ ਕਿ ਪਿਛਲੇ ਕੁਝ ਸਾਲਾਂ 'ਚ ਕਿਸੇ ਵੀਕਐਂਡ 'ਤੇ ਹਾਜ਼ਰ ਹੋਣ ਵਾਲੇ ਸੈਲਾਨੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ। CNE ਕੈਨੇਡਾ ਦਾ ਸਭ ਤੋਂ ਵੱਡਾ ਅਤੇ ਉੱਤਰੀ ਅਮਰੀਕਾ 'ਚ 6ਵਾਂ ਸਭ ਤੋਂ ਵੱਡਾ ਮੇਲਾ ਹੈ। ਹਰ ਸਾਲ 1 ਤੋਂ 1.5 ਮਿਲੀਅਨ ਸੈਲਾਨੀ ਇਸ ਪ੍ਰਦਰਸ਼ਨੀ 'ਚ ਸ਼ਾਮਲ ਹੁੰਦੇ ਨੇ। ਮੁੱਖ ਤੌਰ 'ਤੇ ਕੈਨੇਡਾ ਦੀ ਖੇਤੀਬਾੜੀ ਅਤੇ ਟੈਕਨੋਲੋਜੀ ਦੇ ਪ੍ਰਚਾਰ ਲਈ ਇਹ ਪ੍ਰਦਰਸ਼ਨੀ 1879 'ਚ ਸ਼ੁਰੂ ਕੀਤੀ ਗਈ ਸੀ। ਇਸ ਮੇਲੇ 'ਚ ਖੇਤੀ ਮਾਹਿਰ, ਇੰਜੀਨੀਅਰ ਅਤੇ ਵਿਗਿਆਨੀ ਆਪਣਾ ਕੰਮ ਅਤੇ ਦੇਸ਼ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦੇ ਨੇ। CNE ਦੇਸ਼ 'ਚ ਵੰਨਸੁਵੰਨਤਾ ਅਤੇ ਨਵੀਨਤਾ ਦੇ ਵਿਕਾਸ ਨੂੰ ਵੀ ਦਰਸਾਉਂਦੀ ਹੈ। ਟੋਰਾਂਟੋ ਦੇ ਐਗਜ਼ੀਬਿਸ਼ਨ ਪਲੇਸ 'ਤੇ ਇਸ ਪ੍ਰਦਰਸ਼ਨੀ ਨੂੰ ਆਯੋਜਿਤ ਕੀਤਾ ਜਾਂਦਾ ਹੈ। ਇਸ ਸਮਾਗਮ 'ਚੋਂ ਨੁਮਾਇਸ਼ਾਂ, ਲਾਈਵ ਮਨੋਰੰਜਨ, ਖੇਤੀਬਾੜੀ ਪ੍ਰਦਰਸ਼ਨੀ, ਸਪੋਰਟਸ, ਕੈਸੀਨੋ, ਗੇਮਾਂ, ਫੂਡ, ਸ਼ਾਪਿੰਗ ਏਰੀਆ ਅਤੇ ਕਈ ਹੋਰ ਆਕਰਸ਼ਣ ਸ਼ਾਮਲ ਹੁੰਦੇ ਨੇ। ਇਸ ਸਾਲ 25 ਮਾਰਚ ਦੀ ਅੱਧੀ ਰਾਤ ਨੂੰ ਬਾਲਟੀਮੋਰ, ਮੈਰੀਲੈਂਡ 'ਚ ਪੈਟਾਪਸਕੋ ਨਦੀ 'ਤੇ ਇੱਕ ਪੁਲ ਨਾਲ ਇੱਕ ਵੱਡਾ ਜਹਾਜ਼ ਟਕਰਾ ਗਿਆ ਸੀ। ਨਤੀਜੇ ਵਜੋਂ ਪੁਲ ਦੇ ਟੁਕੜੇ ਟੁਕੜੇ ਹੋ ਗਏ ਸਨ ਅਤੇ ਜਹਾਜ਼ ਇਸ ਦੇ ਟੁਕੜਿਆਂ ਦੇ ਹੇਠਾਂ ਫਸ ਗਿਆ ਸੀ। ਇਸ ਹਾਦਸੇ 'ਚ 6 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਦੌਰਾਨ ਇਸ ਜਹਾਜ਼ 'ਚ ਸਵਾਰ 6 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੇ ਪਹਿਲਾਂ ਹੀ ਖਤਰੇ ਨੂੰ ਮਹਿਸੂਸ ਕੀਤਾ ਸੀ ਅਤੇ ਅਧਿਕਾਰੀਆਂ ਨੂੰ ਸੁਚੇਤ ਵੀ ਕੀਤਾ ਸੀ। ਇਸ ਨਾਲ ਪੁਲ 'ਤੇ ਆਵਾਜਾਈ ਠੱਪ ਹੋ ਗਈ ਸੀ ਅਤੇ ਇਸ ਦੇ ਕਾਰਨ ਕਈ ਜਾਨਾਂ ਗਈਆਂ। ਹੁਣ ਸਿੰਗਾਪੁਰ ਦੀ ਇਸ ਫਰਮ ਨੇ $100 ਮਿਲੀਅਨ ਦਾ ਮੁਕੱਦਮਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ 'ਚ ਅਮਰੀਕਾ ਦੇ ਬਾਲਟੀਮੋਰ 'ਚ ਇੱਕ ਜਹਾਜ਼ ਦੇ ਟਕਰਾਉਣ ਤੋਂ ਬਾਅਦ ਇੱਕ ਪੁਲ ਡਿੱਗ ਗਿਆ ਸੀ। ਹਾਲ ਹੀ 'ਚ ਅਮਰੀਕੀ ਨਿਆਂ ਵਿਭਾਗ ਨੇ ਇਸ ਘਟਨਾ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ। ਜਹਾਜ਼ ਦੇ ਮਾਲਕ ਨੂੰ $100 million ਭਾਰਤੀ ਮੁਦਰਾ ਮੁਤਾਬਕ 837 crore ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਬਾਲਟੀਮੋਰ ਪੁਲ ਨੂੰ ਨੁਕਸਾਨ ਪਹੁੰਚਾਉਣ ਅਤੇ ਬੰਦਰਗਾਹ 'ਤੇ ਸੇਵਾਵਾਂ ਦੀ ਬਹਾਲੀ ਲਈ ਜ਼ਿੰਮੇਵਾਰ ਕੰਪਨੀਆਂ ਤੋਂ ਪੈਸੇ ਦੀ ਵਸੂਲੀ ਕਰਨ ਲਈ ਕੰਮ ਕਰ ਰਿਹਾ ਹੈ। ਇਸ ਦੇ ਹਿੱਸੇ ਵਜੋਂ ਇਹ ਦਾਅਵਾ ਦਾਇਰ ਕੀਤਾ ਗਿਆ ਹੈ। ਇਸ ਘਟਨਾ ਲਈ ਜ਼ਿੰਮੇਵਾਰ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਪਾਬੰਦ ਹਾਂ। ਇਸ ਸਥਿਤੀ ਦਾ ਕਾਰਨ ਸੰਬੰਧਿਤ ਸੰਸਥਾਵਾਂ ਦੀ ਲਾਪਰਵਾਹੀ ਹੈ। US ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇੱਕ ਬਿਆਨ 'ਚ ਇਹ ਸਾਰੇ ਦਾਅਵੇ ਕੀਤੇ ਨੇ। ਦਾਅਵੇ 'ਚ ਕਿਹਾ ਗਿਆ ਹੈ ਕਿ ਪੁਲ ਨਾਲ ਟਕਰਾਉਣ ਵਾਲੇ ਜਹਾਜ਼ ਦਾ ਇਲੈਕਟ੍ਰੀਕਲ ਅਤੇ ਮਕੈਨੀਕਲ ਸਿਸਟਮ ਗਲਤ ਢੰਗ ਨਾਲ ਬਰਕਰਾਰ ਸੀ। ਫਰਾਂਸਿਸ ਸਕੌਟ ਕੀਬ੍ਰਿਜ 'ਤੇ ਇੱਕ ਸਪੋਰਟ ਕਾਲਮ ਨੂੰ ਮਾਰਨ ਤੋਂ ਪਹਿਲਾਂ ਜਹਾਜ਼ ਨੇ ਕਥਿਤ ਤੌਰ 'ਤੇ ਆਪਣੀ ਬਿਜਲੀ ਗੁਆ ਦਿੱਤੀ ਸੀ। ਇਹ ਸਿਰਫ ਮਾਲਕ ਦੀ ਗਲਤੀ ਹੈ। ਉਹਨਾਂ ਕਿਹਾ ਕਿ ਜੇਕਰ ਜਹਾਜ਼ ਦੀ ਸਹੀ ਸਾਂਭ ਸੰਭਾਲ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ। ਜਹਾਜ਼ ਦੇ ਸਿੰਗਾਪੁਰ ਸਥਿਤ ਮਾਲਕ ਨੇ ਗ੍ਰੇਸ ਓਸ਼ਨ ਪ੍ਰਾਈਵੇਟ ਲਿਮਟਿਡ ਅਤੇ ਸਿਨਰਜੀ ਮਰੀਨ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਹਾਲਾਂਕਿ ਜਿਨ੍ਹਾਂ ਕੰਪਨੀਆਂ ਨੇ ਮੁਆਵਜ਼ਾ ਘਟਾਉਣ ਦੀ ਇਸ ਬੇਨਤੀ ਦਾ ਜਵਾਬ ਦਿੱਤਾ, ਇਸ ਰਕਮ ਨੂੰ ਘਟਾ ਕੇ $44 million ਕਰਨ ਦੀ ਵੀ ਮੰਗ ਕੀਤੀ ਗਈ ਹੈ। ਜਹਾਜ਼ ਦੇ ਟਕਰਾਉਣ ਤੋਂ ਬਾਅਦ ਪੈਟਾਪਸਕੋ ਨਦੀ ਉੱਤੇ ਪੂਰਾ ਫਰਾਂਸਿਸ ਸਕੌਟ ਕੀਬ੍ਰਿਜ ਢਹਿ ਗਿਆ ਸੀ। ਸਥਾਨਕ ਸਮੇਂ ਮੁਤਾਬਕ ਬੀਤੀ 25 ਮਾਰਚ ਦੀ ਅੱਧੀ ਰਾਤ ਤੋਂ ਬਾਅਦ ਇਹ ਘਟਨਾ ਵਾਪਰੀ ਸੀ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨੋਮ ਨੇ ਹਾਨੀਕਾਰਕ ਭੋਜਨ ਤੋਂ ਬਚਣ ਲਈ ਖਾਣ ਪੀਣ ਨਾਲ ਸੰਬੰਧਿਤ ਸਖ਼ਤ ਨਿਯਮਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਉਹਨਾਂ ਕਿਹਾ ਕਿ ਹਰ ਸਾਲ ਖਰਾਬ ਭੋਜਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ 60 crore ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਨੇ। ਇਸ ਦੇ ਨਾਲ ਹੀ 4 lakh ਤੋਂ ਵੱਧ ਲੋਕਾਂ ਦੀ ਜਾਨ ਚਲੇ ਜਾਂਦੀ ਹੈ। ਕੇਂਦਰੀ ਸਿਹਤ ਮੰਤਰੀ JP ਨੱਡਾ, ਖੁਰਾਕ ਮੰਤਰੀ ਪ੍ਰਹਲਾਦ ਜੋਸ਼ੀ, ਸਿਹਤ ਸਕੱਤਰ ਅਤੇ FSSAI ਦੇ ਚੇਅਰਮੈਨ ਅਪੂਰਵ ਚੰਦਰਾ ਅਤੇ ਹੋਰ ਵੀ ਕਈ ਅਧਿਕਾਰੀ ਦਿੱਲੀ 'ਚ ਆਯੋਜਿਤ ਦੂਜੇ ਗਲੋਬਲ ਫੂਡ ਰੈਗੂਲੇਟਰੀ ਸੰਮੇਲਨ 'ਚ ਮੌਜੂਦ ਸਨ। ਟੈਡਰੋਸ ਨੇ ਇੱਕ ਵੀਡੀਓ ਸੰਦੇਸ਼ 'ਚ ਕਿਹਾ, ਸਾਡੀ ਭੋਜਨ ਪ੍ਰਣਾਲੀ ਜਲਵਾਯੂ ਤਬਦੀਲੀ, ਆਬਾਦੀ ਵਾਧੇ, ਨਵੀਂ ਤਕਨੀਕ, ਵਿਸ਼ਵੀਕਰਨ ਅਤੇ ਉਦਯੋਗੀਕਰਨ ਕਾਰਨ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। WHO ਨੇ ਕਿਹਾ ਕਿ ਹਾਨੀਕਾਰਕ ਭੋਜਨ ਕਾਰਨ ਆਪਣੀ ਜਾਨ ਗਵਾਉਣ ਵਾਲਿਆਂ 'ਚ 70% 5 saal ਤੋਂ ਘੱਟ ਉਮਰ ਦੇ ਬੱਚੇ ਨੇ। ਉਹਨਾਂ ਕਿਹਾ ਕਿ ਭੋਜਨ ਰੈਗੂਲੇਟਰੀ ਕਮਿਊਨਿਟੀ ਦੀ ਇਹਨਾਂ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਭੂਮਿਕਾ ਹੈ। ਉਹਨਾਂ ਸਾਂਝੇ ਯਤਨਾਂ ਦੀ ਲੋੜ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ 30 lakh ਤੋਂ ਵੱਧ ਲੋਕ ਪੌਸ਼ਟਿਕ ਭੋਜਨ ਖਾਣ ਤੋਂ ਅਸਮਰੱਥ ਨੇ। ਟੈਡਰੋਸ ਨੇ ਇਹ ਵੀ ਜ਼ੋਰ ਦਿੱਤਾ ਕਿ ਸਾਰਿਆਂ ਲਈ ਸੁਰੱਖਿਅਤ ਭੋਜਨ ਯਕੀਨੀ ਬਣਾਉਣ ਲਈ ਹਰ ਕਿਸੇ ਦੀ ਮਦਦ ਦੀ ਲੋੜ ਹੈ। ਬਰਤਾਨੀਆ 'ਚ ਪਹਿਲੀ ਵਾਰ ਕੀਰਤਨ ਨੂੰ ਸਿੱਖ ਪਵਿੱਤਰ ਸੰਗੀਤ ਦੇ ਰੂਪ 'ਚ ਮਾਨਤਾ ਦਿੱਤੀ ਗਈ ਹੈ। ਇਸ ਨੂੰ ਸੰਗੀਤ ਸਿੱਖਿਆ ਦੀ ਗ੍ਰੇਡ ਪ੍ਰਣਾਲੀ 'ਚ ਸ਼ਾਮਲ ਕੀਤਾ ਗਿਆ ਹੈ। ਅਜਿਹਾ ਹੋਣ ਨਾਲ ਵਿਦਿਆਰਥੀ ਹੁਣ ਸਿੱਖ ਪਵਿੱਤਰ ਸੰਗੀਤ ਨਾਲ ਜੁੜੇ ਪਾਠਕ੍ਰਮ ਦਾ ਰਸਮੀ ਤੌਰ 'ਤੇ ਅਧਿਐਨ ਕਰ ਸਕਣਗੇ। ਬਰਮਿੰਗਮ 'ਚ ਸੰਗੀਤਕਾਰ ਅਤੇ ਸਿੱਖਿਆ ਸ਼ਾਸਤਰੀ ਹਰਜਿੰਦਰ ਲਾਲੀ ਨੇ ਪੱਛਮੀ ਸ਼ਾਸਤਰੀ ਸੰਗੀਤ ਦੇ ਬਰਾਬਰ ਕੀਰਤਨ ਨੂੰ ਵਾਜਬ ਸਥਾਨ ਦਿਵਾਉਣ ਅਤੇ ਇਹ ਯਕੀਨੀ ਬਣਾਉਣ ਲਈ ਸਾਲਾਂ ਸਮਰਪਿਤ ਕੀਤੇ ਕਿ ਇਹ ਰਵਾਇਤੀ ਸੰਗੀਤ ਵਿੱਦਿਆ ਭਾਵ ਪੀੜ੍ਹੀਆਂ ਲਈ ਸੰਭਾਲਿਆ ਜਾ ਸਕੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਮੌਜੂਦ ਸ਼ਬਦ ਦੇ ਗਾਇਨ ਨੂੰ ਕੀਰਤਨ ਕਿਹਾ ਜਾਂਦਾ ਹੈ। ਸਿੱਖ ਧਰਮ 'ਚ ਇਹ ਭਗਤੀ ਭਾਵ ਪ੍ਰਗਟ ਕਰਨ ਦਾ ਤਰੀਕਾ ਹੈ। ਲੰਡਨ ਦੇ ਸੰਗੀਤ ਅਧਿਆਪਕ ਬੋਰਡ ਕੌਮਾਂਤਰੀ ਪੱਧਰ 'ਤੇ ਮਾਨਤਾ ਪ੍ਰਾਪਤ 8 grade ਸੰਗੀਤ ਪ੍ਰੀਖਿਆਵਾਂ ਦੇ ਤਹਿਤ ਸਿੱਖ ਪਵਿੱਤਰ ਸੰਗੀਤ ਪਾਠਕ੍ਰਮ ਉਪਲਬਧ ਕਰਵਾਏਗਾ। ਹਰਜਿੰਦਰ ਸਿੰਘ ਨੇ ਕਿਹਾ, ਪਾਠਕ੍ਰਮ ਨੂੰ ਮਨਜ਼ੂਰੀ ਅਤੇ ਸ਼ੁਰੂ ਕਰਾਉਣ 'ਚ 10 saal ਦੀ ਸਖ਼ਤ ਮਿਹਨਤ ਲੱਗੀ ਹੈ।
ਮੈਨੂੰ ਮਾਣ ਹੈ ਕਿ ਹੁਣ ਇਹ ਮਿਹਨਤ ਰੰਗ ਲਿਆਈ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਕੈਨੇਡਾ ਦੀ ਸੰਸਦ 'ਚ ਭਿੜੇ ਜਗਮੀਤ ਸਿੰਘ ਤੇ ਪੀਰੇ ਪੋਲੀਏਵਰੇ, ਸਪੀਕਰ ਨੂੰ ਦੇਣਾ ਪਿਆ ਦਖਲ, ਕਿਆ ਮੁਲਕ ਦੇ ਲੋਕ ਸਾਨੂੰ ਦੇਖ ਰਹੇ। ਓਨਟਾਰੀਓ ਵਿਧਾਨ ਸਭਾ ਦੀ ਜ਼ਿਮਨੀ ਚੋਣ 'ਚ PC ਪਾਰਟੀ ਜੇਤੂ, ਆਲਸੋਪ ਨੇ ਕੈਲੀ ਨੂੰ 2000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਅਨੀਤਾ ਆਨੰਦ ਨੂੰ ਮਿਲੀ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਦੀ ਜ਼ਿੰਮੇਵਾਰੀ। ਪਾਬਲੋ ਰੋਡਰੀਗੇਜ਼ ਦੇ ਅਸਤੀਫੇ ਨਾਲ ਟਰੂਡੋ ਨੂੰ ਇੱਕ ਹੋਰ ਵੱਡਾ ਝਟਕਾ। ਜਸਟਿਨ ਟਰੂਡੋ ਦੇ ਫੈਸਲੇ ਦਾ ਲੱਖਾਂ ਵਿਦਿਆਰਥੀਆਂ ਤੇ ਹੋਵੇਗਾ ਅਸਰ। ਫੈਡਰਲ ਸਰਕਾਰ ਲਗਾਤਾਰ ਕਰ ਰਹੀ ਹੈ ਇਮੀਗ੍ਰੇਸ਼ਨ ਨਿਯਮਾਂ 'ਚ ਸਖਤੀ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।